Langsung hit itu. Tarike sare maya, tarike sare maya, tarike sare maya. Tu sikhe lagde, sikhe lagde. Aisa rang sikhe da chadeyon baki rang fikke. ਮਤਲਬ ਪਹਿਚਾਣ ਤੋਂ ਬਿਨਾਂ ਸੀ ਜਦੋਂ ਉਦੋਂ ਅਸੀਂ ਸੋਚਦੇ ਹੁੰਦੇ ਸੀ ਅੱਛਾ ਇਹਨੂੰ ਇੰਨੇ ਲੋਕ ਜਾਣਦੇ ਕਿੱਦਾਂ ਜਾਣਦੇ ਹੋਣਗੇ ਮਤਲਬ ਅੱਜ ਉਹ ਚੀਜ਼ਾਂ ਸਾਡੇ ਲਈ ਨੋਰਮਲ ਜੀਆਂ ਚੀਜ਼ਾਂ ਬਣ ਗਈਆਂ ਗਾਣਾ ਹੀ ਆਉਂਦਾ ਕਿ ਖਾਣਾ ਬਣਾਉਣਾ ਵੀ ਆਉਂਦਾ ਮੈਨੂੰ ਆਉਂਦਾ ਖਾਣਾ ਬਣਾਉਣਾ ਲਾਸਟ ਡਿਸ਼ ਜੋ ਕੁੱਕ ਕੀਤੀ ਹੋਵੇ ਚਿਕਨ ਚਿਕਨ ਹੀ ਆਉਂਦਾ ਸਤਿ ਸ਼੍ਰੀ ਅਕਾਲ ਗਾਈਜ਼ ਮੈਂ ਸ਼ਿਵਾਂਗੀ ਅਤੇ ਤੁਸੀਂ ਸਾਰੇ ਦੇਖ ਰਹੇ ਹੋ ਪੰਜਾਬੀ ਟੇਸ਼ਨ ਅੱਜ ਤੁਹਾਡੀ ਮੁਲਾਕਾਤ ਕਰਵਾਉਣ ਲੱਗੀ ਹੈ ਇੱਕ ਅਜਿਹੀ ਸੂਫੀ ਜੋੜੀ ਦੇ ਨਾਲ ਜਿਸ ਨੇ ਰਿਐਲਿਟੀ ਸ਼ੋਅ ਦਾ ਰੂਲ ਤੱਕ ਬਦਲ ਕੇ ਰੱਖਤਾ ਅਤੇ ਅੱਜ ਪੂਰੇ ਇੰਡੀਆ ਦੇ ਕਹਿ ਸਕਦੇ ਹਾਂ ਕਿ ਵਿਦੇਸ਼ਾਂ ਦੇ ਦਿਲਾਂ 'ਤੇ ਰਾਜ ਕਰ ਰਹੇ ਨੇ ਸੋ ਬਹੁਤ ਬਹੁਤ ਸਵਾਗਤ ਹੈ ਹਸਮਤ ਸੁਲਤਾਨਾ ਜੀ ਸਤਿ ਸ਼੍ਰੀ ਅਕਾਲ ਥੈਂਕ ਯੂ ਸੋ ਮਚ ਤੁਹਾਡਾ ਬਹੁਤ ਸ਼ੁਕਰੀਆ ਬਹੁਤ ਸ਼ੁਕਰੀਆ ਟੀਵੀ 'ਤੇ ਜਿੰਨੀ ਖੂਬਸੂਰਤ ਜੋੜੀ ਹੈ ਸਾਹਮਣੇ ਉਸ ਤੋਂ ਵੀ ਵੱਧ ਕੇ ਹੈ ਆਵਾਜ਼ ਤਾਂ ਖੈਰ ਗੋਡ ਗਿਫਟਡ ਹੈ ਤੁਹਾਨੂੰ ਬਟ ਇਹ ਦੋਨੋਂ ਭੈਣਾਂ ਦੀ ਜੋੜੀ ਦੇ ਠੀਕ ਹੈ ਗੋਡ ਗਿਫਟਡ ਹੈ ਬਟ ਉਸ ਤੋਂ ਇਲਾਵਾ ਸਿੰਗਿੰਗ ਦਾ ਕੀ ਕਿੱਧਰੋਂ ਮਿਲੀ ਇਹ ਗੁੜਤੀ ਤੁਹਾਨੂੰ ਐਕਚੁਲੀ ਇਹ ਗੁੜਤੀ ਸਾਡੇ ਮਾਂ ਬਾਪ ਤੋਂ ਸਾਡੀ ਦਾਦੀ ਤੋਂ ਸਾਡੇ ਖੂਨ ਦੇ ਵਿੱਚ ਹੀ ਗਾਣਾ ਅਤੇ ਉਸ ਤੋਂ ਬਾਅਦ ਕੋਈ ਵੀ ਚੀਜ਼ ਜਦੋਂ ਸਾਨੂੰ ਮਿਲ ਜਾਂਦੀ ਹੈ ਗਾਣਾ ਜਾਂ ਕੋਈ ਵੀ ਆਰਟ ਹੈ ਅਤੇ ਉਹਨੂੰ ਨਿਖਾਰਨਾ ਪੈਂਦਾ ਜਿਹੜਾ ਜਿਹਨੂੰ ਅਸੀਂ ਰਿਆਜ਼ ਕਹਿ ਦਿੰਦੇ ਹਾਂ ਹਰ ਟਾਈਮ ਗਾਉਣਾ ਬਸ ਉਹਦੇ ਨਾਲ ਹੀ ਕਰ ਰਹੇ ਹਾਂ ਆਪਣੀ ਮਿਹਨਤ ਰੋਜੀ ਜੀ ਤੁਹਾਡਾ ਨਹੀਂ ਹਾਂ ਮੇਰਾ ਨਿਕਨੇ ਰੋਜੀ ਤੁਹਾਨੂੰ ਕਿੱਦਾਂ ਪਤਾ ਲੱਗ ਗਿਆ ਪਤਾ ਸੂਤਰੋ ਕੇ ਹਵਾਲੇ ਸੇ ਖਬਰ ਆਈ ਹੈ ਅੱਛਾ ਨਹੀਂ ਮੈਂ ਸ਼ੌਕ ਦਾ ਪਹਿਲੀ ਵਾਰ ਹੋਇਆ ਤਾਂ ਕਿਸੇ ਨੇ ਸਾਹਮਣੇ ਮਤਲਬ ਮੈਨੂੰ ਦੱਸਿਆ ਵੀ ਨਹੀਂ ਪਹਿਲਾਂ ਬਾਬਾ ਫਾਈਨਲੀ ਮਤਲਬ ਦੀਦੀ ਦਾ ਸਾਥ ਤਾਂ ਗਾਣੇ ਦੇ ਵਿੱਚ ਦੇ ਰਹੇ ਹੋ ਲੜਾਈ ਕਿੰਨੀ ਕੁ ਕਰ ਰਹੇ ਹੋ ਘਰ ਨਹੀਂ ਲੜਾਈ ਤਾਂ ਚਲੋ ਹੁੰਦੀ ਆ ਦੇਖੋ ਹੈ ਨਾ ਲੜਾਈ ਤਾਂ ਹੁੰਦੀ ਰਹਿੰਦੀ ਆ ਪਰ ਪਿਆਰ ਵੀ ਆ ਜਿੱਥੇ ਪਿਆਰ ਆ ਉੱਥੇ ਲੜਾਈ ਵੀ ਆ ਕਹਿੰਦੇ ਜਿੰਨੀ ਨਿੱਕੀ ਉਨੀ ਤਿੱਖੀ ਕੀ ਹਿਸਾਬ ਹੈ ਸੱਚ ਇੱਥੇ ਜਾਂ ਨਹੀਂ 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 ਇੱਦਾਂ ਦਾ ਕੋਈ ਚੱਕਰ ਨਹੀਂ ਉਹ ਜ਼ਿਆਦਾ ਟਾਈਮ ਨਹੀਂ ਲੜਦੇ ਅਸੀਂ ਕਦੀ ਕਦੀ ਕੁਛ ਹੋ ਹੀ ਜਾਂਦਾ ਮਤਲਬ ਇੰਨਾ ਕੁ ਤਾਂ ਚਾਹੀਦਾ ਵੀ ਆ ਅਤੇ ਇੰਨਾ ਜ਼ਿਆਦਾ ਨਹੀਂ ਲੜਦੇ ਬਿਕੋਜ਼ ਮੈਂ ਸੁਲਤਾਨਾ ਤੋਂ ਵੱਡੀ ਹਾਂ ਇਸ ਲਈ ਥੋੜ੍ਹਾ ਠੀਕ ਹੀ ਰਹਿੰਦਾ ਕੰਮ ਜਦ ਸ਼ੋਜ਼ ਦੌਰਾਨ ਕਈ ਵਾਰੀ ਹੁੰਦਾ ਕਿ ਘਰ ਦੇ ਵਿੱਚ ਟਾਈਮ ਨਹੀਂ ਦੇ ਸਕਦੇ ਅਸੀਂ ਹੈ ਨਾ ਉਸ ਟਾਈਮ ਨੂੰ ਕਿਵੇਂ ਮੈਂਟੇਨ ਕਰਦੇ ਹੋ ਮਤਲਬ ਇੱਕ ਵਾਰ ਸ਼ੋਜ਼ ਦੇ ਦੌਰਾਨ ਕਈ ਵਾਰੀ ਹੁੰਦਾ ਕਿ ਕਾਫੀ ਦਿਨਾਂ ਤੱਕ ਬਾਹਰ ਰਹਿਣਾ ਫਿਰ ਘਰ ਦੇ ਵਿੱਚ ਫੈਮਿਲੀ ਦੇ ਨਾਲ ਘੱਟ ਟਾਈਮ ਸਪੈਂਡ ਕਰਨਾ ਉਸਦਾ ਕਿੰਨਾ ਕੁ ਇੰਪੈਕਟ ਦੇਖ ਰਿਹਾ ਐਕਚੁਅਲੀ ਅਸੀਂ ਘਰੇ ਜਾਂਦੇ ਹਾਂ ਜਦੋਂ ਇੱਥੋਂ ਫ੍ਰੀ ਹੁੰਦੇ ਹਾਂ ਅਸੀਂ ਹੁਣ ਮੋਹਾਲੀ ਰਹਿ ਰਹੇ ਹਾਂ ਬਟ ਪਹਿਲਾਂ ਪਿੰਡ ਸੀਗੇ ਹੁਣ ਜਦੋਂ ਕੰਮ ਇੱਥੇ ਆ ਸਾਰਾ ਅਤੇ ਅਸੀਂ ਜਦੋਂ ਵੀ ਜਾਂਦੇ ਹਾਂ ਤਾਂ ਇਕੱਠੇ ਹੀ ਹੁੰਦੇ ਹਾਂ ਅਤੇ ਉਹ ਟਾਈਮ ਕੱਢ ਕੇ ਜਾਈਦਾ ਮਤਲਬ ਕਿ ਅਦਰਵਾਈਜ਼ ਅਸੀਂ ਇੱਥੇ ਕਰਦੇ ਹਾਂ ਮਤਲਬ ਜਦੋਂ ਸਾਨੂੰ ਥੋੜ੍ਹਾ ਵੀ ਟਾਈਮ ਮਿਲੇ ਨਾ ਤਾਂ ਅਸੀਂ ਗੱਡੀ ਚੱਕਦੇ ਤਾਂ ਪਿੰਡ ਬਿਕੋਜ਼ ਉਹਨਾਂ ਨੂੰ ਟਾਈਮ ਦੇਣਾ ਜ਼ਿਆਦਾ ਜ਼ਰੂਰੀ ਹੈ ਹੈ ਨਾ ਸਾਰਿਆਂ ਨੂੰ ਬਾਕੀ ਗੱਲ ਆ ਕਿ ਫੈਮਿਲੀ ਵਾਲੇ ਸਾਰੇ ਸਮਝਦੇ ਆ ਉਹਨਾਂ ਨੂੰ ਪਤਾ ਆ ਵੀ ਹਾਂ ਬੱਚੇ ਕੰਮ ਕਰ ਰਹੇ ਆ ਪ੍ਰੇਸਿਸ ਲਗਵਾਈ ਹੈ ਤੁਸੀਂ ਬਹੁਤ ਜ਼ਿਆਦਾ ਪੁੱਛੋ ਨਾ ਮੈਨੂੰ ਮੈਂ ਹੁਣ ਤਾਂ ਕੰਪਲੀਟ ਕਰ ਲਿਆ ਤੁਸੀਂ ਪਹਿਲੇ ਆ ਜਿਹਨਾਂ ਨੇ ਮੈਨੂੰ ਪੁੱਛਿਆ ਇੰਟਰਵਿਊ 'ਤੇ ਬਟ ਮੈਂ ਲਵਾਈ ਵੀ ਇਹ ਵੀ ਇੰਨਾ ਜ਼ਿਆਦਾ ਪਤਾ ਨਾ ਲੱਗੇ ਕਿਉਂਕਿ ਕੰਮ ਕਰਨਾ ਹੁੰਦਾ ਅਤੇ ਐਕਚੁਅਲੀ ਮੇਰੇ ਡੀਪ ਬਾਈਟ ਸੀ ਅਤੇ ਮੈਨੂੰ ਲਗਾਉਣੇ ਹੀ ਪਏ ਨੇ ਤਾਂ ਮੈਨੂੰ ਪਹਿਲੇ ਵਾਲੀ ਜ਼ਿਆਦਾ ਪਸੰਦ ਸੀ ਸਿੰਗਿੰਗ ਬੋਲਣ ਲੱਗੇ ਮੂੰਹ 'ਚ ਛਾਲੇ ਪੈ ਜਾਂਦੇ ਨੇ ਤੁਸੀਂ ਤਾਂ ਸਿੰਗਿੰਗ ਹਾਂ ਪਤਾ ਨਹੀਂ ਮੈਂ ਪਰ ਕਰ ਇਹ ਸਾਰੀ ਇੱਕ ਚੀਜ਼ ਹੈ ਸੁਲਤਾਨਾ ਦੀ ਇਹਨੇ ਬ੍ਰੇਸਿਸ ਲਗਵਾਈਆਂ ਸੀ ਦੂਜੇ ਦਿਨ ਡਬਿੰਗ ਕੀਤੀ ਪਰ ਬੜੀ ਮੁਸ਼ਕਿਲ ਸੀ ਮਤਲਬ ਇਹ ਚੀਜ਼ ਪੂਰੀ ਖਿੱਚ ਹੋ ਗਈ ਛਾਲੇ ਇਹ ਉਹ ਮਤਲਬ ਬੜਾ ਕੁਛ ਨਾ ਅਤੇ ਪਰ ਇਹਨੇ ਗਾਣਾ ਨਹੀਂ ਛੱਡਿਆ ਗਾਉਂਦੀ ਰਹੀ ਉਹੀ ਹੈ ਨਾ ਗੋਡ ਗਿਫਟਡ ਲਗਾਤਾਰ ਮਿਹਨਤਾਂ ਵੀ ਜਾ ਰਹੀ ਹੈ ਬਟ ਸਾਰੇ ਗਾਮਾ ਪਾਲ ਤੋਂ ਬਾਅਦ ਹੁਣ ਬੈਕ ਟੂ ਬੈਕ ਗਾਣੇ ਵੀ ਆ ਰਹੇ ਨੇ ਰੰਗ ਗਾਣਾ ਮਤਲਬ ਟਰਨਿੰਗ ਪੁਆਇੰਟ ਕਹਿ ਸਕਦੇ ਆ ਸਾਬਿਤ ਹੋਇਆ ਹੈ ਨਾ ਉਸ ਗਾਣੇ ਤੋਂ ਬੈਕ ਟੂ ਬੈਕ ਹੁਣ ਅੱਜ ਦਾ ਟਾਈਮ ਕਿਵੇਂ ਦੇਖ ਰਹੇ ਹੋ ਬਹੁਤ ਕੁਛ ਬਦਲਿਆ ਬਹੁਤ ਕੁਛ ਮਤਲਬ ਬਹੁਤ ਸਾਰੀਆਂ ਚੀਜ਼ਾਂ ਐਸੀਆਂ ਜਿਹੜੀਆਂ ਅਸੀਂ ਕਦੀ ਲਾਈਫ 'ਚ ਸੋਚੀਆਂ ਵੀ ਨਹੀਂ ਸੀ ਜਿਹੜੀਆਂ ਸਾਨੂੰ ਦਿੱਤੀਆਂ ਮਤਲਬ ਜੋ ਮਿਲਿਆ ਮੈਂ ਅਸੀਂ ਉਹਦਾ ਹੀ ਸ਼ੁਕਰਗੁਜ਼ਾਰ ਕਰ ਸਕਦੇ ਹਾਂ ਨਾ ਰੱਬ ਦਾ ਹੀ ਕਿਉਂਕਿ ਇੱਕ ਬੰਦਾ ਜਿਹੜਾ ਉਹ ਮਿਹਨਤ ਕਰਦਾ ਜਿੱਦਾਂ ਮੈਂ ਤੁਹਾਨੂੰ ਦੱਸਿਆ ਸਾਡੇ ਫਾਦਰ ਸਾਹਿਬ ਨੇ ਸਾਨੂੰ ਮਿਹਨਤ ਉਹਨਾਂ ਨੇ ਅਸੀਂ ਕਦੇ ਖੁਦ ਨਹੀਂ ਸੋਚਿਆ ਸੀ ਵੀ ਇੱਦਾਂ ਇੰਡਸਟਰੀ 'ਚ ਅਸੀਂ ਕੰਮ ਕਰਾਂਗੇ ਕਈ ਵਾਰ ਨਾ ਜਦੋਂ ਅਸੀਂ ਮਤਲਬ ਪਹਿਚਾਣ ਤੋਂ ਬਿਨਾਂ ਸੀ ਜਦੋਂ ਉਦੋਂ ਅਸੀਂ ਸੋਚਦੇ ਹੁੰਦੇ ਸੀ ਅੱਛਾ ਇਹਨੂੰ ਇੰਨੇ ਲੋਕ ਜਾਣਦੇ ਕਿੱਦਾਂ ਜਾਣਦੇ ਹੋਣਗੇ ਮਤਲਬ ਅੱਜ ਉਹ ਚੀਜ਼ਾਂ ਸਾਡੇ ਲਈ ਨੋਰਮਲ ਜਿਹੀਆਂ ਚੀਜ਼ਾਂ ਬਣ ਗਈਆਂ ਅਤੇ ਇਹ ਸਾਰਾ ਉਹਦਾ ਕਰਮ ਨਵਾਜ਼ੀ ਹੈ ਅੱਲਾ ਪਾਕ ਦੀ ਅਤੇ ਬਹੁਤ ਕੁਛ ਮਿਲਿਆ ਬਹੁਤ ਕੁਛ ਮਿਲੇਗਾ ਅੱਗੇ ਜੋ ਜਿੱਦਾਂ ਜਿੱਦਾਂ ਕਰਦੇ ਜਾਵਾਂਗੇ
ਲਤਾ ਦੀਦੀ ਲਈ ਕਿਹਾ ਜਾਂਦਾ ਸੀ, ਉਹ ਕਹਿ ਗਏ ਸੀ ਕਿ ਮੇਰੀ ਆਵਾਜ਼ ਹੀ ਮੇਰੀ ਪਹਿਚਾਣ ਹੋ ਗਈ, ਬਟ ਅੱਜ ਦੇ ਟਾਈਮ ਦੇ ਵਿੱਚ ਇਹ ਤੁਹਾਡੇ 'ਤੇ ਟੁਕਵੀਂ ਹੈ ਕਿ ਤੁਹਾਡੀ ਆਵਾਜ਼ ਹੀ ਤੁਹਾਡੀ ਪਹਿਚਾਣ ਹੈ। ਨਹੀਂ ਉਹ ਇਹ ਤਾਂ ਇਹ ਹੈ ਵੀ ਹਾਂਜੀ, ਮਤਲਬ ਕਰਮ ਅੱਲਾ ਦਾ, ਬਾਕੀ ਅਸੀਂ ਕੁਛ ਨਹੀਂ ਹਾਂ। ਜੋ ਲਤਾ ਜੀ ਸੀ ਉਹਨਾਂ ਵਰਗਾ ਤਾਂ ਕੋਈ ਹੋ ਹੀ ਨਹੀਂ ਸਕਦਾ ਨਾ। ਹਰ ਆਰਟਿਸਟ ਦੀ ਜਿਹੜੀ ਆਵਾਜ਼ ਹੀ ਪਹਿਚਾਣ ਹੈ, ਚਿਹਰੇ ਦਾ ਬਸ ਸਿਰਫ ਇਹੀ ਹੈ ਵੀ ਹੁਣ ਕੈਮਰੇ 'ਤੇ ਦਿਖ ਰਹੇ ਹਾਂ ਤਾਂ ਚਿਹਰੇ ਜਿਹੜੇ ਜਿਹੜੀ ਆਵਾਜ਼ ਹੈ ਐਕਚੁਅਲੀ ਪਹਿਚਾਣ ਸਾਡੀ ਉਹ ਹੀ ਹੈ। ਇਹ ਸਬਬ ਕਿਵੇਂ ਬਣਿਆ, ਕਿਉਂਕਿ ਦੀਪ ਜੀ ਵੀ ਕਾਫੀ ਰੂਹ ਦੇ ਨਾਲ ਜੁੜੀਆਂ ਗੱਲਾਂ ਕਰਦੇ ਨੇ, ਉਹਦਾ ਉਸ ਤਰ੍ਹਾਂ ਦੇ ਗੀਤ ਹੁੰਦੇ ਨੇ, ਅਤੇ ਤੁਹਾਡੇ ਨਾਲ ਕਿਵੇਂ? ਐਕਚੁਅਲੀ ਹਮੇਸ਼ਾ ਜਿਹੜਾ ਜੋੜ ਬਣਦਾ ਨਾ, ਉਹ ਉਸੇ ਬੰਦੇ ਨਾਲ ਸਾਡਾ ਬਣਦਾ ਜਦੋਂ ਜਿਹੜਾ ਉਹ ਸਾਡੀ ਰੂਹ ਦਾ ਹੋਵੇ, ਹੈ ਨਾ। ਬਸ ਮੁੱਕਦੀ ਗੱਲ ਇਹ ਵੀ ਉਹਨਾਂ ਦੀ ਰੂਹ ਵੀ ਇੱਦਾਂ ਦੀ ਅਤੇ ਸਾਡੀ ਵੀ ਉੱਦਾਂ ਦੀ, ਅਤੇ ਉਹ ਕੰਬੀਨੇਸ਼ਨ ਹੋ ਗਿਆ। ਕਈ ਵਾਰੀ ਇੱਕ ਪਰਸਨਲ ਸਵਾਲ ਹੈ, ਬੀਂਗ ਨਿਊ ਕਮਰ ਲਈ ਖਾਸ ਕਰ ਬਹੁਤ ਹੈਲਪਫੁਲ ਹੋਏਗਾ, ਕਿਸੇ ਵੀ ਰਿਐਲਿਟੀ ਸ਼ੋਅ ਕਰਨ ਤੋਂ ਬਾਅਦ ਕੋਈ ਵੱਡਾ ਗਾਣਾ ਕੱਢਣ ਦੀ ਹਰ ਇੱਕ ਪ੍ਰੈਸ਼ਰ ਹੁੰਦਾ ਸਿਰ 'ਤੇ, ਆਰਟਿਸਟ ਦੇ ਸਿਰ 'ਤੇ, ਅਤੇ ਵੱਡੇ ਵੱਡੇ ਲੋਕ ਮਿਲਦੇ ਨੇ, ਵੱਡੀਆਂ ਵੱਡੀਆਂ ਗੱਲਾਂ ਹੁੰਦੀਆਂ ਨੇ, ਕਈ ਤਾਂ ਗੱਲਾਂ ਤੱਕ ਹੀ ਸੀਮਤ ਰਹਿੰਦੇ ਨੇ, ਕੰਮ ਉਹਨਾਂ ਨਹੀਂ ਹੁੰਦਾ। ਇਸ ਤਰ੍ਹਾਂ ਦੀ ਕੋਈ ਡਿਫੀਕਲਟੀ ਲਾਈਫ ਦੇ ਵਿੱਚ ਫੇਸ ਕੀਤੀ ਹੈ? ਹਾਂਜੀ, ਐਕਚੁਅਲੀ ਜਿਹੜਾ ਰਿਐਲਿਟੀ ਸ਼ੋਅਜ਼ ਆ ਜਦੋਂ ਅਸੀਂ ਕਰਦੇ ਹਾਂ ਅਤੇ ਉਹ ਅਸੀਂ ਕੰਟੀਨਿਊਸਲੀ ਜਿਹੜਾ ਸਕਰੀਨ 'ਤੇ ਰਹਿੰਦੇ ਹਾਂ, ਹੈ ਨਾ, ਹਰ ਹਫ਼ਤੇ ਜਾਂ ਹਫ਼ਤੇ 'ਚ 3-4 ਦਿਨ, ਉਸ ਤੋਂ ਬਾਅਦ ਜਿਹੜੀਆਂ ਸਪੋਟ ਲਾਈਟ ਚੱਲਦੀਆਂ, ਮਤਲਬ ਐਕਚੁਅਲੀ ਸਕਰੀਨ 'ਤੇ ਰਹਿੰਦੇ ਹਾਂ, ਅਤੇ ਉਸ ਜਦੋਂ ਰਿਐਲਿਟੀ ਸ਼ੋਅ ਕਰਨ ਤੋਂ ਬਾਅਦ ਅਸੀਂ ਇੱਕਦਮ ਦਿਖਦੇ ਨਹੀਂ ਅਤੇ ਉਹ ਖਤਮ ਹੋ ਜਾਂਦੇ। ਬਹੁਤ ਸਾਰੇ ਰਿਐਲਿਟੀ ਸ਼ੋਅਜ਼ ਦੇ ਵਿਨਰ ਤੁਸੀਂ ਦੇਖੇ ਹੋਣਗੇ ਕਿ ਉਹਨਾਂ ਦਾ ਪਤਾ ਹੀ ਨਹੀਂ ਕਿੱਥੇ ਹੈ ਕਿੱਥੇ ਨਹੀਂ। ਇਹ ਜਦੋਂ ਤੁਸੀਂ ਕੰਮ ਕਰਦੇ ਰਹਿੰਦੇ, ਗਾਣੇ ਕਰਦੇ ਰਹਿੰਦੇ ਹਾਂ ਅਤੇ ਫਿਰ ਹੀ ਡਿਸੀਜ਼ਨਸ ਬਹੁਤ ਮੈਟਰ ਕਰਦੇ ਆਪਣੇ, ਅਤੇ ਜਦੋਂ ਤੁਸੀਂ ਆ ਜਾਂਦੇ ਹਾਂ ਤੁਹਾਨੂੰ ਆਪਣੇ ਡਿਸੀਜ਼ਨਸ ਲੈਣੇ ਚਾਹੀਦੇ ਆਪਣੇ ਗਾਣਿਆਂ ਲਈ ਜਾਂ ਆਪਣੇ ਆਪ ਲਈ, ਅਤੇ ਉਹ ਸਾਰੀ ਗੱਲ ਉੱਤੇ ਆ ਜਾਂਦੀ। ਇੱਕ ਨਿਊ ਕਮਰ ਲਈ ਸਾਈਨ ਹੋਣਾ ਕਿੰਨਾ ਕੁ ਜ਼ਰੂਰੀ ਸਮਝਦੇ ਤੁਸੀਂ ਰੋਜ਼ੀ? ਸਾਈਨ ਹੋਣਾ ਇੰਪੋਰਟੈਂਟ ਆ ਅਗਰ ਤੁਹਾਡੇ ਲਈ ਉਹ ਟੀਮ ਅੱਛੀ ਆ ਜਾਂ ਉਹ ਤੁਹਾਡੇ ਲਈ ਵਧੀਆ ਤੁਹਾਨੂੰ ਆਪਣਾ ਲੱਗ ਰਿਹਾ ਨਾ, ਅਦਰਵਾਈਜ਼ ਸਾਈਨ ਹੋਣਾ ਮੇਰੇ ਹਿਸਾਬ ਨਾਲ ਤਾਂ ਜ਼ਿਆਦਾ ਵੀ ਉਹ ਨਹੀਂ ਹੈਗਾ ਵੀ ਹਾਂ ਬੈਟਰ ਨਹੀਂ ਆ, ਵੀ ਠੀਕ ਆ। ਅਗਰ ਤੁਸੀਂ ਨਹੀਂ ਸਟਰੋਂਗ ਹੈਗੇ, ਥੋੜ੍ਹੀ ਮਿਹਨਤ ਕਰ ਲਓ, ਸ਼ੋਜ਼ ਕਰ ਲਓ। ਸਾਈਨ ਹੋਣ ਦਾ ਚੱਕਰ ਇੱਦਾਂ ਕਿ ਕਈ ਦੇਖੋ ਜਦੋਂ ਕਿਸੇ ਨਾਲ ਬੰਦਾ ਜੁੜਦਾ, ਕਈ ਵਾਰ ਬੰਦਾ ਤਾਰ ਦਿੰਦਾ ਅਤੇ ਕਈ ਵਾਰ ਬਿਲਕੁਲ ਹੀ ਡੋਬ ਦਿੰਦਾ, ਹੈ ਨਾ। ਅਤੇ ਜ਼ਿਆਦਾ ਟਾਈਮ ਤਾਂ ਬੈਨੀਫਿਟ ਮੈਂ ਕਿਸੇ ਨੂੰ ਦੇਖਿਆ ਨਹੀਂ ਐਗਰੀਮੈਂਟ 'ਚ ਸਾਈਨ ਹੋ ਕੇ। ਬਹੁਤ ਸਾਰੇ ਆਰਟਿਸਟ ਐਸੇ ਵੀ ਆ ਜਿਹੜੇ ਸਾਈਨ ਹੋ ਕੇ ਹੀ ਬਣੇ ਆ, ਅਤੇ ਸੋ ਇਹਦੇ ਵਿੱਚ ਅਸੀਂ ਕੁਝ ਜ਼ਿਆਦਾ ਨੈਗੇਟਿਵ ਪੋਜ਼ੀਟਿਵ ਨਹੀਂ ਕਰ ਸਕਦੇ, ਬਾਕੀ ਆਪਣਾ ਸਿਤਾਰਾ। ਇੰਨੇ ਸਾਰੇ ਗਾਣੇ ਗਾਏ ਰੂਹ ਦੇ ਨਾਲ ਜੁੜੇ ਹੋਏ, ਕਿਹੜੇ ਗਾਣੇ ਨੂੰ ਤੁਸੀਂ ਸਮਝਦੇ ਹੋ ਕਿ ਉਹ ਟਰਨਿੰਗ ਪੁਆਇੰਟ ਹੈ ਤੁਹਾਡੀ ਲਾਈਫ ਲਈ ਦੋਨਾਂ ਦਾ? ਅਸੀਂ ਸਾਰੇ ਗਾਵਾਂ ਪਾ ਤੋਂ ਆ ਕੇ ਗਾਣਾ ਕੀਤਾ ਸੀ, ਐਸਾ ਰੰਗ ਇਸ਼ਕੇ ਦਾ ਚੜਿਆ ਬਾਕੀ ਰੰਗ ਫਿੱਕੇ ਲੱਗਦੇ, ਹੈ ਨਾ। ਅਤੇ ਉਹ ਗਾਣਾ ਸਾਡਾ ਟਰਨਿੰਗ ਪੁਆਇੰਟ ਸੀਗਾ, ਸਾਡਾ ਡੈਬਿਊ ਟਰੈਕ ਸੀਗਾ, ਅਤੇ ਅਸੀਂ ਮਿਹਨਤ ਕੀਤੀ ਸੀ ਉਹਦੇ 'ਚ, ਮਤਲਬ ਹੈ ਨਾ ਅੱਛੇ ਗਾਉਂਦੇ ਤਾਂ ਸਾਰੇ ਗਾਣੇ ਅਸੀਂ ਮਿਹਨਤ ਦੇ ਨਾਲ ਹੀ ਹਾਂ, ਪਰ ਉਸ ਗਾਣੇ ਲਈ ਅਸੀਂ ਐਕਸਾਈਟਡ ਬਹੁਤ ਜ਼ਿਆਦਾ ਸੀਗੇ, ਗਾਣੇ ਲਈ ਅਸੀਂ ਸਾਈਨ ਵੀ ਸੀਗੇ। ਹਾਂ, ਮਤਲਬ ਕਿ ਰਿਐਲਿਟੀ ਸ਼ੋਅ ਤੋਂ ਆਏ ਸੀ ਅਤੇ ਦੈਨ ਆ ਕੇ ਸਾਈਨ ਵੀ ਕੀਤੇ, ਹੈ ਨਾ, ਗਾਣਾ ਕੀਤਾ ਔਰ ਸਾਈਨ ਹੋ ਕੇ ਅਸੀਂ ਕਾਫੀ ਸਾਰੇ ਗਾਣੇ ਕੀਤੇ। ਮਤਲਬ ਇਸ ਲਈ ਮੈਂ ਕਹਿ ਰਹੀ ਵੀ ਸਾਈਨ ਹੋਣਾ ਜਾਂ ਨਾ ਹੋਣਾ ਕੋਈ ਜ਼ਿਆਦਾ ਵੱਡੀ ਗੱਲ ਨਹੀਂ, ਤੁਸੀਂ ਚੱਲਦੇ ਹਾਂ ਤੁਹਾਨੂੰ ਲੋਕ ਪਿਆਰ ਕਰਦੇ, ਇਹ ਸਭ ਤੋਂ ਵੱਡੀ ਗੱਲ। ਬਿਲਕੁਲ, ਉਹੀ ਹੈ ਨਾ ਕਿ ਦਿਖਣਾ ਬੰਦ ਹੋ ਜਾਓ ਫਿਰ ਕੋਈ ਵੈਲਿਊ ਹੀ ਨਹੀਂ। ਬਿਲਕੁਲ ਬਿਲਕੁਲ, ਉਹ ਗਾਣਾ ਜ਼ਰੂਰ ਸੁਣਾਂਗੇ, ਦੋ ਲਾਈਨਾਂ। ਉਸ ਸੁਫੇ ਸੁਪਨੇ ਸਜਾ ਲੈ ਜਦੋਂ ਅੱਖੀਆਂ ਹੋ, ਸੁਫੇ ਸੁਪਨੇ ਸਜਾ ਲੈ ਜਦੋਂ ਅੱਖੀਆਂ ਹੋ, ਤਰੀਕੇ ਸਾਰੇ ਮਾਇਆ, ਤਰੀਕੇ ਸਾਰੇ ਮਾਇਆ, ਤਰੀਕੇ ਸਾਰੇ ਮਾਇਆ, ਤੂੰ ਸਿੱਖੇ ਲੱਗਦੇ ਐਸਾ ਰੰਗ ਇਸ਼ਕੇ ਦਾ ਚੜਿਆ ਬਾਕੀ ਰੰਗ ਫਿੱਕੇ ਲੱਗਦੇ, ਹੋ ਐਸਾ ਰੰਗ ਇਸ਼ਕੇ ਦਾ ਚੜਿਆ ਬਾਕੀ ਰੰਗ ਫਿੱਕੇ ਲੱਗਦੇ, ਐਸਾ ਰੰਗ ਇਸ਼ਕੇ ਦਾ ਚੜਿਆ ਬਾਕੀ ਰੰਗ ਫਿੱਕੇ ਲੱਗਦੇ। ਗਾਣਾ ਹੀ ਆਉਂਦਾ ਕਿ ਖਾਣਾ ਬਣਾਉਣਾ ਵੀ ਆਉਂਦਾ? ਮੈਨੂੰ ਆਉਂਦਾ, ਮੈਨੂੰ ਆਉਂਦਾ ਖਾਣਾ ਬਣਾਉਣਾ। ਲਾਸਟ ਡਿਸ਼ ਜੋ ਕੁੱਕ ਕੀਤੀ ਹੋਵੇ? ਚਿਕਨ। ਨਹੀਂ ਨਹੀਂ, ਮੈਨੂੰ ਨਹੀਂ ਪਸੰਦ ਇੰਨਾ ਚਿਕਨ, ਤਾਂ ਮੈਂ ਆਪਣੇ ਲਈ ਸਬਜ਼ੀ ਪੱਤਾ। ਕੀ ਤੁਹਾਡੀ ਹੋਬੀਜ਼ ਕੀ ਨੇ? ਮੇਰੀਆਂ ਹੋਬੀਜ਼ ਬਸ ਵੈਜ ਖਾਣਾ, ਜ਼ਿਆਦਾ ਨੋਨ ਵੈਜ ਬਹੁਤ ਘੱਟ, ਮਤਲਬ ਇੱਕ ਅੱਧੀ ਵਾਰੀ ਦਿਨ 'ਚ, ਇਹਨਾਂ ਨੂੰ ਭਲਾ 4 ਵਾਰੀ ਦੇ ਦਿਓ ਦੇਖ ਕੇ ਲੱਗਦਾ। ਨਹੀਂ ਇੱਦਾਂ ਹੈ ਨਾ, ਮੈਨੂੰ ਨਹੀਂ ਇੰਨਾ ਨੋਨ ਵੈਜ ਨਹੀਂ ਪਸੰਦ। ਅੱਛਾ, ਐਕਟਿੰਗ ਸਕਿੱਲਸ ਬਾਰੇ ਵੀ ਕਾਫੀ ਸੁਣਿਆ ਸੀ ਕਿ ਜੋ ਰਜਮਾਇਸ਼ ਜਾਰੀ ਹੈ। ਹਾਂਜੀ, ਐਕਟਿੰਗ ਦੇ ਬਾਰੇ ਸੁਣਿਆ? ਐਕਟਿੰਗ ਲਈ ਬਸ ਪ੍ਰਪੇਅਰ ਕਰ ਰਹੀ ਹਾਂ ਆਪਣੇ ਆਪ ਨੂੰ, ਹਾਂ, ਥੋੜ੍ਹਾ ਫ੍ਰੇਸਿਸ ਲਾ ਕੇ ਲੁੱਕ 'ਤੇ ਕੰਮ ਕਰਨ 'ਤੇ ਕੰਮ ਕਰ ਰਹੀ ਥੋੜ੍ਹਾ ਜਿਹਾ। ਹਾਂਜੀ, ਅਤੇ ਆ ਤਾਂ ਰਹੇ ਆ ਔਫਰਸ, ਕਾਫੀ ਆ ਰਹੇ ਆ ਲੁੱਕ 'ਤੇ ਬਾਅਦ 'ਚ ਐਕਚੁਅਲੀ ਨਾ ਇਹ ਜਿਹੜੇ ਤੀਰ ਦਿਖਾ
ਇਹ ਜਿਹੜੇ ਸੀ ਨਾ ਬਿਲਕੁਲ ਅੰਦਰ ਸੀ, ਔਰ ਜਦੋਂ ਨਾ ਮਟਨ ਖਾਂਦੀ ਸੀ ਤੇ ਐਜ ਟੁੱਟ ਐਜ ਟੁੱਟ ਇਹ ਰਿਐਲਿਟੀ ਹੈ, ਔਰ ਬਿਕੋਜ਼ ਜਿਹੜੇ ਬ੍ਰੇਸਿਸ ਲਾਉਣ ਦਾ ਮੇਨ ਕੰਮ ਤੇ ਫਿਰ ਟਿਊਬ ਬਾਈਟ ਸੀ ਸੋ ਤੇ ਬਾਕੀ ਐਕਟਿੰਗ ਦਾ ਇਹਨਾਂ ਦਾ ਕਰ ਰਹੇ ਹਾਂ ਜਲਦੀ ਕਲਾਸਿਸ ਸਟਾਰਟ ਇਨਸ਼ਾਅੱਲਾ ਤੁਹਾਡਾ ਪਿਆਰ ਰਿਹਾ ਤਾਂ ਫਿਰ ਇਨਸ਼ਾਅੱਲਾ ਸਾਡਾ ਵੀ ਪਿਆਰ ਹੈ ਤੇ ਪਰਮਾਤਮਾ ਕਰੇ ਇੰਨਾ ਪਿਆਰ ਤੁਹਾਡੇ ਵਿੱਚ ਬਣਿਆ ਰਹੇ ਆਫ ਕੈਮਰਾ ਔਨ ਕੈਮਰਾ ਲਾਈਫ ਟਾਈਮ ਹਮੇਸ਼ਾ ਸੋ ਅੱਲਾ ਵੀ ਗਾਣਾ ਬਹੁਤ ਜ਼ਿਆਦਾ ਰੂਹਾਨੀ ਦੇ ਨਾਲ ਜੁੜਿਆ ਬਹੁਤ ਸੋਹਣਾ ਵੀ ਹੈ ਪੂਨਮ ਸੂਦ ਜੀ ਦੀਪ ਜੀ ਕੈਮਿਸਟਰੀ ਬਾ ਕਮਾਲ ਹੈ ਦੋ ਲਾਈਨਾਂ ਜ਼ਰੂਰ ਇਸ ਦੀ ਵੀ ਸੁਣਨਾ ਚਾਹਾਂਗੀ ਤੂੰ ਕਿੱਥੇ ਜਾ ਕੇ ਬਹਿ ਗਿਆ ਵੇ ਸਾਡੇ ਸਾਨੂੰ ਕੱਲਾ ਵੇ ਸੱਸਾ ਸੱਸਾ ਦੀ ਪ੍ਰੋਬਲਮ ਜੀ ਇੰਨਾ ਹੀ ਆਉਂਦਾ ਹੈ ਹਾਂਜੀ ਹਲੇ ਆ ਗਿਆ ਸੱਸਾ ਸੱਸੇ ਦੀ ਪ੍ਰੋਬਲਮ ਕੁਛ ਨਹੀਂ ਹੋਤਾ ਕੁਛ ਤੋਂ ਲੋਕ ਕਹਿੰਗੇ ਲੋਕੋ ਕਾ ਕਾਮ ਹੈ ਕਹਿਣਾ ਲਿਵ ਇਟ ਬਹੁਤ ਬਹੁਤ ਮੁਬਾਰਕਾਂ ਥੈਂਕ ਯੂ ਸੋ ਮਚ ਸੋ ਗਾਈਜ਼ ਤੁਸੀਂ ਵੀ ਸੁਣੋ ਅੱਲਾ ਵੇ ਅਤੇ ਇਸ ਤਰ੍ਹਾਂ ਦੇਖਦੇ ਰਹੋ ਪੰਜਾਬੀ ਟੇਸ਼ਨ ਹੁਣ ਆਪਣੀ ਸ਼ਵਾਂਗੀ ਤੋਂ ਇਜਾਜ਼ਤ ਧੰਨਵਾਦ